ਮੈਂ ਜਾਣਨਾ ਚਾਹੁੰਦਾ ਭਈ ਲੋਕਾਂ ਨੂੰ ਕਿਵੇਂ ਰਹਿਣਾ ਚਾਹੀਦਾ ਨਾ ਕਿ ਉਹ ਕਿਵੇਂ ਰਹਿੰਦੇ ਸਨ। ਵੈਸੋਵਿਸ਼ ਚੈਕੋਫ ਦੀ ਰੋਸਾ ਜ਼ਾਹਿਰ ਕਰਦੀ ਆਵਾਜ਼ ਆਈ। ਉਹ ਨਹੀਂ, ਸੁਰਖੇ ਨੇ ਖੜੇ ਹੁੰਦਿਆਂ ਹੋਇਆ ਆਖਿਆ। ਸੱਚੀ ਗੱਲ ਏ, ਫੈਦੋਰ ਉੱਚੀ ਜਿਹੀ ਬੋਲਿਆ। ਉਹ ਬਹਿਸ ਕਰਨ ਲੱਗ ਪਏ ਤੇ ਅੱਖਰ ਲਾਟਾਂ ਵਾਂਗ ਪਿਲੰਬਦੇ ਗਏ। ਜਿਸ ਗੱਲ ਬਾਰੇ ਉਹ ਇੰਜ ਉੱਚੀ ਉੱਚੀ ਬਹਿਸ ਕਰ ਰਹੇ ਸਨ, ਮਾਨੋ ਉਹਦੀ ਸਮਝ ਨਹੀਂ ਸੀ ਆ ਰਹੀ। ਸਭਨਾਂ ਦੇ ਮੂੰਹ ਜੋਸ਼ ਜਜ਼ਬੇ ਦੀ ਵਜ੍ਹਾ ਨਾਲ ਭਖੇ ਹੋਏ ਸਨ, ਪਰ ਕਿਸੇ ਨੂੰ ਗੁੱਸਾ ਨਾ ਆਇਆ ਤੇ ਨਾ ਕਿਸੇ ਨੇ ਉਹ ਜਿਹੀ ਕਰਵੀ ਬੋਲੀ ਵਰਤੀ ਜਿਹਦੇ ਤੋਂ ਮਾਂ ਇੰਨੀ ਚੰਗੀ ਤਰ੍ਹਾਂ ਜਾਣੂ ਸੀ। ਕੁੜੀ ਦੇ ਹੁੰਦਿਆਂ ਗਾਲ ਮੰਦਾ ਕਰਦਿਆਂ ਉਹਨਾਂ ਨੂੰ ਲਾਜ ਲੱਗਦੀ ਹੈ। ਉਹਨੂੰ ਨਤਾਸ਼ਾ ਦੇ ਮੂੰਹ ਦੀ ਗੰਭੀਰ ਨੁਹਾਰ ਚੰਗੀ ਲੱਗੀ, ਜਿਹੜੀ ਸਭਨਾਂ ਵੱਲ ਧਿਆਨ ਨਾਲ ਵੇਖ ਰਹੀ ਸੀ ਜਿਵੇਂ ਉਹ ਕਪੜੂ ਜਵਾਨ ਮੇਰੇ ਬੱਚੇ ਹੀ ਹੋਵਣ। ਇੱਕ ਮਿੰਟ ਸਾਥੀਓ, ਨਤਾਸ਼ਾ ਨੇ ਇਕਦਮ ਉੱਚੀ ਸਾਰੀ ਆਵਾਜ਼ ਵਿੱਚ ਆਖਿਆ ਤੇ ਉਹ ਸਾਰੇ ਚੁੱਪ ਕਰ ਗਏ ਤੇ ਉਹਦੇ ਵੱਲ ਵੇਖਣ ਲੱਗ ਪਏ। ਤੁਹਾਡੇ ਵਿੱਚੋਂ ਜਿਹੜੇ ਮੰਨਦੇ ਨੇ ਵੀ ਉਹਨਾਂ ਨੂੰ ਸਭੋ ਕੁਝ ਜਾਣਨਾ ਚਾਹੀਦਾ ਹੈ, ਉਹ ਠੀਕ ਨੇ। ਸਾਨੂੰ ਆਪਣੇ ਅੰਦਰ ਮੰਤਕ ਦੀ ਮਿਸਾਲ ਜਗਾਉਣੀ ਚਾਹੀਦੀ ਏ ਤਾਂ ਜੋ ਹਨੇਰੇ ਵਿੱਚ ਭਟਕ ਰਹੇ ਲੋਕ ਸਾਨੂੰ ਵੇਖ ਸਕਣ। ਸਾਡੇ ਕੋਲ ਹਰ ਗੱਲ ਦਾ ਸੱਚਾ ਤੇ ਖਰਾ ਜਵਾਬ ਹੋਣਾ ਚਾਹੀਦਾ ਹੈ। ਸਾਨੂੰ ਪੂਰੇ ਸੱਚ ਤੇ ਸਾਰੇ ਝੂਠ ਦਾ ਪਤਾ ਹੋਣਾ ਚਾਹੀਦਾ ਹੈ। ਖੌਖੌਲ ਸੁਣਦਾ ਰਿਹਾ ਤੇ ਉਹਦੇ ਬੋਲਾਂ ਦੀ ਤਾਲ ਨਾਲ ਸਿਰ ਹਿਲਾਉਂਦਾ ਰਿਹਾ। ਵੈਸੋਫਿਸ਼ ਚੈਕੋਫ ਤੇ ਸੁਰਖਾਂ ਤੇ ਹੋਰ ਕਾਰਖਾਨੇ ਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਜਿਹੜੇ ਪਾਵੇਲ ਨਾਲ ਆਏ ਸਨ, ਇੱਕ ਪਾਸੇ ਟੋਲੀ ਜਿਹੀ ਬਣਾ ਕੇ ਖੜੇ ਸਨ ਤੇ ਪਤਾ ਨਹੀਂ ਕਿਉਂ ਮਾਂ ਨੂੰ ਉਹ ਚੰਗੇ ਨਹੀਂ ਸਨ ਲੱਗ ਰਹੇ। ਜਦੋਂ ਨਤਾਸ਼ਾ ਨੇ ਗੱਲ ਮੁਕਾਈ ਤਾਂ ਪਾਵੇਲ ਖੜਾ ਹੋ ਗਿਆ। ਕੀ ਅਸੀਂ ਸਿਰਫ ਭਰਿਆ ਪੇਟ ਹੀ ਮੰਗਦੇ ਹਾਂ? ਨਹੀਂ, ਉੱਕਾ ਹੀ ਨਹੀਂ। ਉਹਨੇ ਤਿੰਨਾਂ ਵੱਲ ਵੇਖਦਿਆਂ ਹੋਇਆ ਠਰੰਮੇ ਨਾਲ ਆਖਿਆ, ਜਿਹੜੇ ਸਾਡੀਆਂ ਕੰਢਾਂ ਉੱਤੇ ਸਵਾਰ ਨੇ ਤੇ ਜਿੰਨੇ ਸਾਡੀਆਂ ਅੱਖਾਂ ਉੱਤੇ ਖੋਪੇ ਚਾੜੇ ਹੋਏ ਨੇ, ਅਸੀਂ ਉਹਨਾਂ ਨੂੰ ਦੱਸਣਾ ਹੈ ਭਈ ਅਸੀਂ ਸਭੋ ਕੁਝ ਵੇਖਦੇ ਹਾਂ। ਅਸੀਂ ਮੂਰਖ ਨਹੀਂ ਤੇ ਜਨੋਰ ਵੀ ਨਹੀਂ, ਜਿਨ੍ਹਾਂ ਨੂੰ ਛੜਾ ਭਰਿਆ ਟੇਢੀ ਚਾਹੀਦਾ ਹੁੰਦਾ ਹੈ। ਅਸੀਂ ਬੰਦਿਆਂ ਦੇ ਲਾਇਕ ਹਯਾਤੀ ਜਿਉਣਾ ਚਾਹੁੰਦੇ ਹਾਂ। ਇਹ ਲਾਜ਼ਮੀ ਹੈ ਬਈ ਅਸੀਂ ਆਪਣੇ ਵੈਰੀ ਸਾਵੇਂ ਸਾਬਤ ਕਰੀਏ ਉਹਨਾਂ ਨੇ ਮੁਸ਼ਕਤ ਵਾਲੀ ਜਿਹੜੀ ਹਯਾਤੀ ਦੀ ਕਾਠੀ ਸਾਡੀਆਂ ਲੱਕਾਂ ਉੱਤੇ ਪਾਈ ਹੋਈ ਹੈ, ਉਹ ਸਾਨੂੰ ਦਿਮਾਗੀ ਤੌਰ 'ਤੇ ਉਹਨਾਂ ਦੇ ਸਾਵੇਂ ਸਗੋਂ ਉਹਨਾਂ ਤੋਂ ਚੰਗੇਰੇ ਹੋਵਣ ਤੋਂ ਨਹੀਂ ਡੱਕ ਸਕਦੀ। ਉਹਨੂੰ ਬੋਲਦਾ ਸੁਣਦਿਆਂ ਹੋਇਆਂ ਮਾਂ ਦੇ ਦਿਲ ਵਿੱਚ ਮਾਨ ਦੀ ਲਹਿਰ ਜਿਹੀ ਜਾਗ ਪਈ। ਉਹ ਕਿੰਨਾ ਚੰਗਾ ਬੋਲਿਆ ਸੀ। ਕਈ ਲੋਕਾਂ ਨੂੰ ਖਾਉਣ ਲਈ ਚੋਖਾ ਲੱਭ ਜਾਂਦਾ ਹੈ, ਪਰ ਇਮਾਨਦਾਰ ਥੋੜ੍ਹੇ ਹੀ ਨੇ। ਖੋਖੋਲ ਨੇ ਆਖਿਆ, ਸਾਨੂੰ ਜਨੋਰਾਂ 'ਚ ਹੀ ਅਜਿਹੀ ਨਜਸ ਹਯਾਤੀ ਦੀ ਦਲਦਲ ਤੇ ਫਲਕ ਦੇ ਮਾਣੋ ਭਾਈਚਾਰੇ ਦੀ ਪਾਤਸ਼ਾਹੀ ਵਿਚਕਾਰ ਇੱਕ ਪੁੱਲ ਉਸਾਰਨਾ ਚਾਹੀਦਾ ਹੈ। ਸਾਡੇ ਸਾਹਮਣੇ ਇਹੋ ਕਾਜ਼ ਹੈ ਸਾਥੀਓ, ਇਹੋ ਕਾਜ਼ ਹੈ। ਵੈਸੋਵਿਸ਼ ਚੈਕੋਫ ਨੇ ਖਰਵਾ ਇਤਰਾਜ਼ ਕੀਤਾ, ਜੇ ਲੜਨ ਦਾ ਮੌਕਾ ਆ ਗਿਆ ਤੇ ਹੱਥ ਤੇ ਹੱਥ ਧਰ ਕੇ ਕਿਉਂ ਬੈਠਿਆ ਜਾਏ? ਅੱਧੀ ਰਾਤ ਮਗਰੋਂ ਉਹਨਾਂ ਦੀ ਇਹ ਬੈਠਕ ਮੁੱਕੀ। ਵੈਸੋਵਿਸ਼ ਚੈਕੋਫ ਤੇ ਸੁਰਖਾਂ ਸਭ ਤੋਂ ਪਹਿਲਾਂ ਉੱਥੋਂ ਗਏ ਤੇ ਮਾਂ ਨੂੰ ਇਹ ਗੱਲ ਵੀ ਚੰਗੀ ਨਾ ਲੱਗੀ। ਕਿੰਨੀ ਕਾਲ ਪਈ ਹੋਈ ਹੈ ਇਹਨਾਂ ਨੂੰ। ਆਕੜ ਨਾਲ ਨਿਉ ਕੇ ਉਹਨਾਂ ਨੂੰ ਵਿਦਿਆ ਕਰਦੇ ਹੋਏ ਮਾਂ ਨੇ ਸੋਚਿਆ। ਨਖੋਦਕਾ, ਤੂੰ ਮੈਨੂੰ ਘਰ ਛੱਡ ਆਵੇਂਗਾ? ਨਤਾਸ਼ਾ ਨੇ ਪੁੱਛਿਆ। ਹਾਂ, ਜ਼ਰੂਰ ਛੱਡ ਆਵਾਂਗਾ। ਖੌਖੌਲ ਨੇ ਵਲਦਾ ਦਿੱਤਾ। ਤੇਰੀਆਂ ਜੁਰਾਬਾਂ ਅਜਿਹੇ ਠੰਡੇ ਮੌਸਮ ਲਈ ਕੁਝ ਪਤਲੀਆਂ ਨੇ। ਜਦੋਂ ਕੁੜੀ ਰਸੋਈ ਵਿੱਚ ਬੂਟ ਕੋਟ ਵਗੈਰਾ ਪਹਿਨ ਰਹੀ ਸੀ ਤਾਂ ਮਾਂ ਨੇ ਉਹਨੂੰ ਕਿਹਾ, ਮੈਂ ਤੈਨੂੰ ਉਨੀ ਜੁਰਾਬਾਂ ਆਉਣ ਦੇ? ਮਿਹਰਬਾਨੀ ਪਲਾਗੀਆ ਨਲੋਨਾ, ਪਰ ਉਨੀ ਜੁਰਾਬਾਂ ਮੈਨੂੰ ਚੁਭਦੀਆਂ ਨੇ। ਨਤਾਸ਼ਾ ਨੇ ਹੱਸ ਕੇ ਜਵਾਬ ਦਿੱਤਾ, ਮੈਂ ਤੇਰੇ ਲਈ ਇਹੋ ਜਿਹੀਆਂ ਉਨਾਂਗੀ ਜਿਹੜੀਆਂ ਚੁੱਭਣ ਨਹੀਂ ਲੱਗੀਆਂ, ਮਾਂ ਨੇ ਆਖਿਆ। ਨਤਾਸ਼ਾ ਨੇ ਸੁੰਗੜੀਆਂ ਅੱਖਾਂ ਵਿੱਚੋਂ ਮਾਂ ਵੱਲ ਵੇਖਿਆ ਤੇ
ਉਹਦੇ ਇਕਸਾਰ ਨੀਚ ਲਾ ਕੇ ਵੇਖਣ ਨੇ ਮਾਂ ਨੂੰ ਔਖਿਆ ਕਰ ਦਿੱਤਾ। ਬੇਵਕੂਫੀ ਲਈ ਮੈਨੂੰ ਮਾਫ਼ ਕਰਨਾ, ਪਰ ਮੈਂ ਸੱਚੇ ਦਿਲੋਂ ਇਹ ਗੱਲ ਆਖੀ ਹੈ। ਨਤਾਸ਼ਾ ਨੇ ਹੌਲੀ ਜਿਹੀ ਵਾਅਦਾ ਕੀਤਾ। ਕਿੰਨੀ ਪਿਆਰੀ ਹੈ ਤੂੰ। ਨਤਾਸ਼ਾ ਨੇ ਸਗਵੀਂ ਨਰਮੀ ਤੇ ਜਜ਼ਬੇ ਵਜੋਂ ਉਹਦਾ ਹੱਥ ਘੁੱਟਦਿਆਂ ਹੋਇਆ ਕਿਹਾ, ਸ਼ਬ ਬਖੈਰ ਨਨਕੋ। ਖੌਲ ਨੇ ਨਤਾਸ਼ਾ ਦੇ ਮਗਰ ਮਗਰ ਨਿਉ ਕੇ ਬੋਹੀਓ ਬਾਹਰ ਨਿਕਲਦਿਆਂ ਹੋਇਆ ਮਾਂ ਦੀਆਂ ਅੱਖਾਂ ਵਿੱਚ ਝਾਕਦਿਆਂ ਆਖਿਆ। ਮਾਂ ਨੇ ਆਪਣੇ ਪੁੱਤਰ ਵੱਲ ਵੇਖਿਆ ਜਿਹੜਾ ਖਿਲਦਿਆਂ ਹੋਇਆ ਬੂਹੇ ਵਿੱਚ ਖਲੋਤਾ ਸੀ। ਇਹ ਕਾਹਦੇ ਤੋਂ ਪਿਆ ਮੁਸਕਰਾਉਂਦਾ? ਉਹਨੇ ਔਖੇ ਜਿਹੇ ਹੋ ਕੇ ਪੁੱਛਿਆ। ਕੋਈ ਖਾਸ ਗੱਲ ਨਹੀਂ, ਬਸ ਰੂਹ ਕੁਝ ਚੰਗਾ ਬਣ ਗਿਆ। ਭਾਵੇਂ ਮੈਂ ਬੁੱਢੀ ਹਾਂ, ਨਾਦਾਨ ਹਾਂ, ਪਰ ਤਾਂ ਵੀ ਚੰਗੇ ਮੰਦੇ ਦੀ ਮੈਨੂੰ ਪਛਾਣ ਹੈ। ਮਾਂ ਨੇ ਕੁਝ ਗੁੱਸੇ ਹੋ ਕੇ ਕਿਹਾ। ਇਸ ਗੱਲ 'ਤੇ ਮੈਂ ਖੁਸ਼ ਹਾਂ, ਪੁੱਤਰ ਨੇ ਆਖਿਆ। ਪਰ ਕੀ ਹੁਣ ਤੈਨੂੰ ਸੌਂ ਨਹੀਂ ਜਾਣਾ ਚਾਹੀਦਾ? ਆਹੋ ਬਸ ਸੌਣ ਨਹੀਂ ਲੱਗੀ ਹਾਂ। ਉਹਨੇ ਚਾਹ ਵਾਲੇ ਭਾਂਡੇ ਮੇਜ਼ ਤੋਂ ਚੁੱਕਦਿਆਂ ਹੋਇਆ ਮਾੜੀ ਜਿਹੀ ਖੜਖੜ ਕੀਤੀ। ਉਹ ਡਾਢੀ ਖੁਸ਼ ਸੀ। ਸੱਚੀ ਗੱਲ ਤਾਂ ਇਹ ਸੀ ਬਈ, ਉਹ ਇੰਨੀ ਖੁਸ਼ ਸੀ ਬਈ ਜਜ਼ਬੇ ਨਾਲ ਉਹਨੂੰ ਮੁੜਕਾ ਆ ਗਿਆ ਸੀ। ਉਹ ਖੁਸ਼ ਸੀ ਬਈ ਸਾਰਾ ਕੁਝ ਇੰਨਾ ਚੰਗਾ ਰਿਹਾ ਸੀ ਅਤੇ ਇੰਨੇ ਆਰਾਮ ਨਾਲ ਮੁੱਕਿਆ ਸੀ। ਇਹ ਚੰਗੀ ਗੱਲ ਹੈ ਬਈ ਤੂੰ ਅਜਿਹਾ ਕਰਨ ਦਾ ਸੋਚਿਆ ਪਾਸ਼ਾ, ਉਹਨੇ ਆਖਿਆ। ਖੋਲ ਬਹੁਤ ਚੰਗਾ ਹੈ ਅਤੇ ਉਹ ਕੁੜੀ ਕਿੰਨੀ ਨਿਕੜੀ ਜਿਹੀ ਚੁਸਤ ਜਾਨ ਹੈ। ਉਹ ਕੌਣ ਹੈ? ਇੱਕ ਉਸਤਾਨੀ ਹੈ। ਕਮਰੇ ਵਿੱਚ ਟਹਿਲਦਾ ਹੋਇਆ ਪਾਵੇਲ ਨੇ ਮੁਖਤਸਰ ਜਿਹਾ ਜਵਾਬ ਦਿੱਤਾ। ਬਹੁਤ ਹੀ ਗਰੀਬ ਹੋਣੀ ਹੈ, ਉਹ ਕਿੰਨੇ ਮਾੜੇ ਕੱਪੜੇ ਪਾਏ ਹੋਏ ਸਨ। ਠੰਡ ਲੱਗਦੇ ਆ, ਕੋਈ ਬਹੁਤੀ ਦੇਰ ਨਹੀਂ ਲੱਗਦੀ। ਉਹਦੇ ਮਾਪੇ ਕਿੱਥੇ ਨੇ? ਮਾਸਕੋ ਵਿੱਚ, ਪਾਵੇਲ ਨੇ ਕਿਹਾ। ਤੇ ਫਿਰ ਆਪਣੀ ਮਾਂ ਸਾਹਮਣੇ ਖਲੋ ਕੇ ਉਹ ਬੜੀ ਨਰਮੀ ਤੇ ਗੰਭੀਰਤਾ ਨਾਲ ਬੋਲਿਆ, ਉਹਦਾ ਪਿਓ ਅਮੀਰ ਹੈ ਤੇ ਉਹ ਲੋਹੇ ਦਾ ਵਪਾਰੀ ਹੈ। ਉਹਦੀ ਬੜੀ ਜਾਇਦਾਦ ਹੈ ਤੇ ਕਿਉਂ ਜੇ ਕੁੜੀ ਨੇ ਹਯਾਤੀ ਵਿੱਚ ਇਹ ਰਾਹ ਚੁਣਿਆ, ਇਸ ਕਰਕੇ ਉਹਨੇ ਇਹਨੂੰ ਫਾਰਖਤੀ ਦੇ ਦਿੱਤੀ। ਉਹ ਸੁੱਖਾਂ ਵਿੱਚ ਪਲੀ ਸੀ, ਹਰ ਮੂੰਹੋਂ ਮੰਗੀ ਸ਼ੈ ਉਹਨੂੰ ਮਿਲ ਜਾਂਦੀ ਸੀ, ਪਰ ਹੁਣ ਉਹ ਰਾਤੀ ਇਕੱਲੀ 7 ਮੀਲ ਪੈਦਲ ਜਾਂਦੀ ਹੈ। ਮਾਂ ਨੂੰ ਇਹ ਗੱਲ ਸੁਣ ਕੇ ਧੱਕਾ ਜਿਹਾ ਲੱਗਾ। ਉਹ ਹੈਰਾਨਗੀ ਨਾਲ ਪਰਵੱਟੇ ਸੰਗੂੜਦੀ ਤੇ ਆਪਣੇ ਪੁੱਤਰ ਵੱਲ ਵੇਖਦੀ ਕਮਰੇ ਦੇ ਵਿਚਕਾਰ ਅਹਿਲ ਖਲੋਤੀ ਸੀ। ਫਿਰ ਉਹਨੇ ਨਿੰਮੀ ਜਿਹੀ ਆਵਾਜ਼ ਵਿੱਚ ਪੁੱਛਿਆ, ਹੁਣ ਉਹ ਸ਼ਹਿਰ ਗਈ ਹੈ? ਆਹੋ। ਹਾਏ ਰੱਬਾ, ਉਹਨੂੰ ਡਰ ਨਹੀਂ ਲੱਗਦਾ? ਤੂੰ ਆਪੇ ਵੇਖ ਲੈ, ਉਹਨੂੰ ਨਹੀਂ ਲੱਗਦਾ। ਪਾਵੇਲ ਹੱਸਿਆ। ਪਰ ਉਹ ਗਈ ਕਿਉਂ? ਰਾਤ ਇੱਥੇ ਕੱਟ ਸਕਦੀ ਸੀ, ਮੇਰੇ ਨਾਲ ਸੌਂ ਜਾਂਦੀ। ਇੰਜ ਗੱਲ ਨਹੀਂ ਸੀ ਬਣਨੀ, ਸਵੇਰੇ ਉਹਨੂੰ ਇੱਥੇ ਕੋਈ ਵੇਖ ਲੈਂਦਾ ਜੋ ਅਸੀਂ ਨਹੀਂ ਸਾ ਚਾਹੁੰਦੇ। ਮਾਂ ਨੇ ਸੋਚਦਿਆਂ ਹੋਇਆ ਨੀਚ ਲਾ ਕੇ ਬਾਰੀ ਵਿੱਚੋਂ ਬਾਹਰ ਚਾਤਿਆ। ਪਾਵੇਲ, ਮੈਨੂੰ ਤਾਂ ਇਹਦੇ ਵਿੱਚ ਕੋਈ ਇੰਨਾ ਖਤਰਨਾਕ ਜਾਂ ਜ਼ਬਤ ਹੋਇਆ ਨਹੀਂ ਦਿਸਦਾ। ਉਹਨੇ ਹੌਲੀ ਜਿਹੀ ਆਖਿਆ, ਤੁਸੀਂ ਕੋਈ ਗਲਤ ਕੰਮ ਤਾਂ ਨਹੀਂ ਪਏ ਕਰਦੇ? ਕਿ ਕਰਦੇ ਹੋ? ਉਹਨੂੰ ਇਸ ਗੱਲ ਦਾ ਤੋਖਲਾ ਸੀ ਅਤੇ ਚਾਹੁੰਦੀ ਸੀ ਬਈ ਉਹਦੀ ਤਸੱਲੀ ਹੋ ਜਾਵੇ। ਨਹੀਂ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ। ਉਹਨੇ ਡਰਮੇ ਨਾਲ ਮਾਂ ਦੀਆਂ ਅੱਖਾਂ ਵਿੱਚ ਚਾਹਦਿਆਂ ਹੋਇਆ ਦ੍ਰਿੜਤਾ ਨਾਲ ਜਵਾਬ ਦਿੱਤਾ, ਪਰ ਇਹਦੇ ਬਾਵਜੂਦ ਅਸੀਂ ਸਾਰਿਆਂ ਕਿਸੇ ਨਾ ਕਿਸੇ ਦਿਹਾੜੇ ਫੜੇ ਜਾਣਾ ਹੈ। ਇਹ ਗੱਲ ਤੂੰ ਸਮਝ ਲੈ। ਮਾਂ ਦੇ ਹੱਥ ਕੰਬਣ ਲੱਗ ਪਏ। ਖੋਰੇ, ਜੇਕਰ ਰੱਬ ਦੀ ਰਜ਼ਾ ਹੋਈ ਤਾਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਵਾਂਗੇ। ਮਾਂ ਨੇ ਨਿੰਮੀ ਆਵਾਜ਼ ਵਿੱਚ ਆਖਿਆ। ਨਹੀਂ, ਪੁੱਤਰ ਨੇ ਨਰਮੀ ਨਾਲ ਜਵਾਬ ਦਿੱਤਾ, ਮੈਂ ਤੈਨੂੰ ਹਨੇਰੇ ਵਿੱਚ ਨਹੀਂ ਰੱਖ ਸਕਦਾ, ਕਿਉਂਕਿ ਕੈਦ ਤੋਂ ਬਚਿਆ ਨਹੀਂ ਜਾ ਸਕਦਾ। ਉਹ ਖਿਲਿਆ। ਹੁਣ ਤੂੰ ਸੌ ਜਾ, ਤੂੰ ਥੱਕ ਗਿਆ। ਸ਼ਬਾ ਖੈਰ। ਜਦੋਂ ਉਹ ਇਕੱਲੀ ਰਹਿ ਗਈ ਤਾਂ ਉਹ ਬਾਰੀ ਕੋਲ ਗਈ।
ਤੇ ਬਾਹਰ ਚਾਤਣ ਲੱਗ ਪਈ। ਬਾਹਰ ਠੰਡ ਤੇ ਧੁੰਦ ਸੀ। ਵਾਹ ਨਿੰਦਰੌਲੇ ਨਿੱਕੇ ਨਿੱਕੇ ਘਰਾਂ ਦੀਆਂ ਛੱਤਾਂ ਤੋਂ ਬਰਫ਼ ਉਡਾ ਰਹੀ ਸੀ, ਕੰਧਾਂ ਨਾਲ ਟਕਰਾ ਰਹੀ ਸੀ। ਭੋਏ ਵੱਲ ਚਪੜਦੀ ਹੋਈ ਤੇ ਸੜਕ ਉੱਤੇ ਬਰਫ਼ ਤੇ ਘੋੜਿਆਂ ਤੇ ਨਿੱਕੇ ਨਿੱਕੇ ਬਦਲ ਉਡਾਉਂਦੀ, ਗੁੱਸੇ ਵਿੱਚ ਘੋਮਸੋਰਾ ਕਰਦੀ। ਪਿਆਰੇ ਈਸਾ ਮਸੀਹ, ਸਾਡੇ ਉੱਤੇ ਮਿਹਰ ਕਰੋ।